हाँ जी सर, बलदेव सिंह नाम है, पिंड खरूर साहब। अपना मीह के गड़ेमारी के कि नुकसान के फसल? हाँ सर, पहले तो टमाटर आते, दूजे मूंगी तो मक्की का, मतलब ज़्यादा टमाटर का नुकसान होया सर, बहुत ज़्यादा, मतलब कि सब डैमेज हो गया। हुण सारे पड़ाई तड़ाई तो अपनी आई सी फसल, तो सारी खत्म हो चुकी है। सर अपने 4 एकड़ टमाटर दे मतलब खत्म हो चुके हैं, वो भी बहुत ज़्यादा, मक्की का भी नुकसान है, मूंगी का भी, सब जिन्ना भी फल मतलब झड़ चुका वा, कोई आस नहीं हैगी सर बचन की, बिल्कुल। मंग यही है भी सानू सर जिन्ना साडा खर्चा लगा वा मुआवजा सरकार नूं दिता जाए सानू, मतलब जिन्ना भी मतलब साडा 35-40 हज़ार रुपया खर्चा आता फसल से, मतलब जे हाँ सर उन्हें वेख्या वा, सारा मुआयना किया वा, बाकी वेखो कि अधिकारी नहीं अपने पहुँचाते तो उपर नहीं कि करते, वो तो उन्होंने डिपेंड आ, मतलब वेख के सारा वो ग्राउंड लेवल सब वेख चुके हैं। हाँ जी, मैं प्रितपाल सिंह खडूर साहब तो जी। गड़ेमारी जोड़ी फसल का कितना नुकसान है जी? साडा सब तो ज़्यादा जो टमाटर का नुकसान होया, क्योंकि साडे लागे फैक्ट्री होने करके असं ज़्यादा टमाटर की खेती करते हैं, तो सब तो ज़्यादा जो नुकसान आ टमाटर की खेती का होया जी। ਕਿੰਨਾ ਕੁ ਨੁਕਸਾਨ ਟੋਟਲ ਹੋਇਆ ਜੀ? ਘੱਟੋ ਘੱਟ 90% ਜਿਹੜਾ ਨੁਕਸਾਨ ਹੋ ਚੁੱਕਾ, ਮਤਲਬ ਲਗਭਗ ਜਿਹੜੇ ਸਾਰੇ ਖਰਾਬ ਹੋ ਚੁੱਕੇ ਆ ਜੀ। ਖੇਤੀਬਾੜੀ ਵਿਭਾਗ ਦੇ ਅਫਸਰ ਦਾ ਮੌਕਾ ਦੇਖਣਾ ਹੈ, ਕੀ ਵਿਸ਼ਵਾਸ ਦਵਾਇਆ ਉਹਨਾਂ? ਉਹਨਾਂ ਨੂੰ ਮਤਲਬ ਇਹੀ ਦੱਸਿਆ ਵਾ ਕਿ ਉਹਨਾਂ ਨੇ ਵੇਖਿਆ ਹੈਗਾ ਕਿੱਦਾਂ, ਕਹਿੰਦੇ ਅਸੀਂ ਰਿਪੋਰਟ ਬਣਾ ਕੇ ਭੇਜਾਂਗੇ SDM ਸਾਹਿਬ ਨੂੰ, ਕੱਲ੍ਹ ਅਸੀਂ ਲਿਖਤੀ ਤੌਰ 'ਤੇ ਜਿਹੜਾ ਦੇ ਚੁੱਕੇ ਹਾਂ ਜੀ। ਕੀ ਮੰਗ ਕਰਦੇ? ਮੰਗ ਇਹੀ ਹੈ ਕਿ ਜਿਹੜਾ ਕਿਸਾਨਾਂ ਦਾ ਇੰਨਾ ਨੁਕਸਾਨ ਹੋਇਆ ਵਾ, ਸਰਕਾਰ ਇਹਨਾਂ ਨੂੰ ਜੋ ਵੀ ਹੈ ਸਾਰਾ ਮੁਆਵਜ਼ਾ ਜਿਹੜਾ ਦਿੱਤਾ ਜਾਵੇ। ਮੌਕਾ ਦੇਖਿਆ, ਮੌਕਾ ਅਸੀਂ ਇੱਧਰ ਵੀ ਦੇਖਿਆ ਅਤੇ ਬਾਕੀ ਬਲਾਕ 'ਚ ਵੀ ਦੇਖਿਆ, ਚੈੱਕ ਕੀਤਾ ਸੀਗਾ, ਲੇਕਿਨ ਨੁਕਸਾਨ ਇਸ ਜਗ੍ਹਾ 'ਤੇ ਬਹੁਤ ਜ਼ਿਆਦਾ ਹੋਇਆ। ਉਹ ਵੀ ਸਬਜ਼ੀਆਂ ਦੀ ਬਿਜਾਈ ਇਹਨਾਂ ਨੇ ਕੀਤੀ ਸੀ, ਟਮਾਟਰਾਂ ਦੀ ਕੀਤੀ ਸੀਗੀ। ਇਹ ਬਹੁਤ ਅਗਾਂਹ ਵਧੂ ਕਿਸਾਨ ਨੇ, ਚੰਗੀ ਤਕਨੀਕ ਅਪਣਾਉਂਦੇ ਨੇ, ਚੰਗਾ ਬੀਜ ਵਰਤਦੇ ਨੇ, ਅਤੇ ਇੱਥੇ ਨੁਕਸਾਨ ਜ਼ਿਆਦਾ ਹੋ ਗਿਆ ਇਹਨਾਂ ਦਾ। ਕਿਹੜੀ ਕਿਹੜੀ ਫਸਲ ਦਾ ਜ਼ਿਆਦਾ ਨੁਕਸਾਨ ਮੰਨਦੇ? ਜ਼ਿਆਦਾ ਤਾਂ ਟਮਾਟਰ 'ਤੇ ਨੁਕਸਾਨ ਹੀ ਹੈਗਾ ਜੀ ਇੱਥੋਂ ਤੱਕ। ਸਰ ਇਹਦੇ ਸੰਬੰਧੀ ਕੋਈ ਸਰਕਾਰ ਨੂੰ ਰਿਪੋਰਟ ਭੇਜੀ ਜਾਏਗੀ ਵਿਭਾਗ ਨੂੰ? ਸਰਕਾਰ ਬਾਗਬਾਨੀ ਵਿਭਾਗ ਨੂੰ ਅਸੀਂ ਭੇਜ ਦਾਂਗੇ ਆਪਣੀ ਰਿਪੋਰਟ ਕਿ ਇੱਥੇ ਇਸ ਜਗ੍ਹਾ 'ਤੇ ਨੁਕਸਾਨ ਹੋਇਆ ਹੈ, ਅਤੇ ਆਪਣੇ ਅਧਿਕਾਰੀ ਭੇਜੇ ਜਾਣ ਅਤੇ ਉਹਨਾਂ ਨੂੰ ਅੱਗੇ ਰਾਬਤਾ ਕੰਮ ਕੀਤਾ ਜਾਊਗਾ। ਬਾਗਬਾਨੀ ਮਹਿਕਮੇ ਤੋਂ ਰਘਵੀਰ ਸਿੰਘ। ਅਸੀਂ ਆ ਕੇ ਮੌਕਾ ਦੇਖਿਆ ਵਾ, ਅਤੇ ਇੱਥੇ ਟਮਾਟਰਾਂ ਦਾ ਕਾਫੀ ਨੁਕਸਾਨ ਹੋਇਆ ਗੜੀਮਾਰੀ ਨਾਲ, ਲਗਭਗ 70% ਹੋਇਆ ਜਿਹੜਾ ਪੈਂਕਚਰ ਹੋ ਗਏ ਨੇ, ਅਤੇ ਬਾਕੀ ਫੰਗਸ ਲੱਗ ਗਈ ਜਿਹੜੇ ਖਰਾਬ ਹੋਏ ਨੇ, ਅਤੇ ਕਾਫੀ ਨੁਕਸਾਨ ਹੋਇਆ ਟਮਾਟਰ ਦਾ। ਤੁਹਾਡੇ ਵੱਲੋਂ ਰਿਪੋਰਟ ਜਿਹੜੀ ਸਰਕਾਰ ਤੱਕ? ਬਿਲਕੁਲ ਜੀ, ਅਸੀਂ ਆਪਣੇ ਵੱਲੋਂ ਰਿਪੋਰਟ ਬਣਾ ਕੇ ਭੇਜ ਦਿੰਦੇ ਹਾਂ, ਅਤੇ ਕੱਲ੍ਹ ਤੱਕ ਪਹੁੰਚ ਗਈ ਰਿਪੋਰਟ ਇਹਨਾਂ ਦੀ। ਕਿਹੜੀ ਕਿਹੜੀ ਫਸਲ ਦਾ ਜ਼ਿਆਦਾ ਨੁਕਸਾਨ ਹੋਇਆ? ਜ਼ਿਆਦਾ ਟਮਾਟਰ ਦਾ ਹੋਇਆ ਜੀ, ਫਿਰ ਮੂੰਗੀ ਹੈਗੀ ਆ, ਮਾਂਹ ਹੈਗੇ ਥੋੜ੍ਹੇ ਬੜੇ, ਅਤੇ ਟਮਾਟਰ ਦਾ ਤਾਂ ਬਹੁਤ ਜ਼ਿਆਦਾ। ਸਰਦਾਰ ਫੂਲਾ ਸਿੰਘ ਜੀ। ਫੂਲਾ ਸਿੰਘ ਜੀ, ਤੁਹਾਡੀ ਕਿਹੜੀ ਕਿਹੜੀ ਫਸਲ ਦਾ ਨੁਕਸਾਨ ਜਿਹੜਾ ਗੜੇ ਦੇ ਨਾਲ ਹੋਇਆ? ਸਾਡੀ ਜੀ 15 ਏਕੜ ਟਮਾਟਰ ਆ ਜੀ, 6 ਕਿੱਲੇ ਮਕਾਈ ਆ, ਅਤੇ ਜਿਹੜੀ ਇਹ ਬਰਬਾਦ ਹੋ ਚੁੱਕੀ ਸਾਰੀ। ਹੋਰ ਕਿਹੜੀ ਕਿਹੜੀ ਫਸਲ ਦਾ ਤੁਹਾਡਾ ਜਿਹੜਾ ਗੜਿਆ? ਹੋਰ ਫਸਲ ਜੀ ਪਨੀਰੀਆਂ ਜਿਹੜੀਆਂ ਬੀਜੀਆਂ ਵੀ ਬਰਬਾਦ ਹੋ ਗਈਆਂ। ਕੀ ਮੰਗ ਕਰਦੇ ਜੀ? ਮੰਗ ਜੀ ਇਹੋ ਆ ਜੀ, ਜੋ ਖਰਚਾ ਲੱਗਾ ਵਾ ਸਰਕਾਰ ਨੂੰ ਦੇਣਾ ਚਾਹੀਦਾ, ਜੋ ਵੀ ਖਰਚਾ ਆ ਮੁਆਵਜ਼ਾ ਜੋ ਵੀ ਬਣਦਾ ਵਾ। ਮੌਕਾ ਦੇਖਣਾ ਇਹ ਆਪ ਅਧਿਕਾਰੀ, ਉਹਨਾਂ ਵੱਲੋਂ ਕੀ ਵਿਸ਼ਵਾਸ ਦਵਾਇਆ ਗਿਆ? ਉਹਨਾਂ ਸਾਹਿਬ ਵੇਖੋ ਜੀ, ਉਹ ਆਉਂਦੇ ਕਾਰਵਾਈ ਕਰਾਂਗੇ, ਕਾਰਵਾਈ ਕਰਕੇ ਅਤੇ ਅਸੀਂ ਰਿਪੋਰਟ ਕਰ ਲਾਂਗੇ ਸਾਰੀ।